ਜਗਤਾਰ ਸਿੰਘ ਹਵਾਰੇ ਨਾਲ ਆਖਿਰ ਕੀ ਵਾਪਰਿਆ ਕਿ ਉਹ ਹਥਿਆਰ ਚੁੱਕਣ ਲਈ ਮਜਬੂਰ ਹੋ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਨੇ ਤੁਹਾਡੇ ਸਾਰਿਆਂ? ਸਮਾਰਟ ਪੰਜਾਬੀ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੱਬੂ ਮਾਨ ਨੇ ਅਤੇ ਸਿੱਧੂ ਮੂਸੇਵਾਲੇ ਨੇ ਜਗਤਾਰ ਹਵਾਰੇ ਬਾਰੇ ਕੀ ਕਿਹਾ, ਇਹ ਸਭ ਜਾਣਨ ਲਈ ਇਸ ਵੀਡੀਓ ਦੇ ਲਾਸਟ ਤੱਕ ਤੁਸੀਂ ਬਣੇ ਰਹੋ। ਉਸ ਤੋਂ ਪਹਿਲਾਂ ਆਪਾਂ ਨਜ਼ਰ ਮਾਰਦੇ ਹਾਂ ਜਗਤਾਰ ਸਿੰਘ ਹਵਾਰੇ ਦੇ ਜੀਵਨ ਉੱਤੇ। ਉਹ ਵੀ ਕੀ ਟਾਈਮ ਸੀ ਦੋਸਤੋ ਜਦੋਂ ਜਗਤਾਰ ਸਿੰਘ ਹਵਾਰਾ ਹੋਕੀ ਦਾ ਤਕੜਾ ਪਲੇਅਰ ਸੀ। ਉਸ ਦੀ ਖੇਡ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਸੀ। ਸੰਨ 1984 ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਕਾਫੀ ਲੋਕ ਸਰਕਾਰ ਦੇ ਉਲਟ ਹੋ ਗਏ ਸੀ। ਉਹ ਸਰਕਾਰ ਦੇ ਕੋਲੋਂ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸੀ, ਕਿਉਂਕਿ ਦੋਸਤੋ ਦਰਬਾਰ ਸਾਹਿਬ ਸਿੱਖਾਂ ਦਾ ਵਿਸ਼ੇਸ਼ ਧਾਰਮਿਕ ਸਥਾਨ ਸੀ, ਜਿਸ ਨੂੰ ਕਿ ਹਿੰਦੁਸਤਾਨ ਦੀ ਫੌਜ ਨੇ ਤੋਪਾਂ ਤੇ ਟੈਂਕਾਂ ਨਾਲ ਤਬਾਹ ਕਰ ਦਿੱਤਾ ਸੀ। ਦੋਸਤੋ ਇਹ ਘਟਨਾ ਬਹੁਤ ਹੀ ਮਨੂਸ ਤੇ ਦੁਖਦਾਇਕ ਸੀ। ਉਸ ਟਾਈਮ ਤੇ ਜਗਤਾਰ ਸਿੰਘ ਹਵਾਰੇ ਦੀ ਪਿੰਡ ਦੇ ਕੁਝ ਖਾੜਕੂ ਮੁੰਡਿਆਂ ਨਾਲ ਯਾਰੀ ਸੀ। ਖਾੜਕੂਆਂ ਨਾਲ ਯਾਰੀ ਹੋਣ ਕਾਰਨ ਜਗਤਾਰ ਸਿੰਘ ਨੂੰ 1988 ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਉਹ ਬੇਕਸੂਰ ਸੀ, ਪਰ ਪੁਲਿਸ ਵੱਲੋਂ ਉਸ ਦੇ ਉੱਤੇ ਬਹੁਤ ਜ਼ੁਲਮ ਕੀਤਾ ਗਿਆ ਸੀ। 2 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜਦੋਂ ਜਗਤਾਰ ਸਿੰਘ ਹਵਾਰਾ ਬਾਹਰ ਆਇਆ ਤਾਂ ਫਰੀਦਕੋਟ ਗੇਮ ਕਲੱਬ ਵਿੱਚ ਦਾਖਲਾ ਲੈ ਲਿਆ। ਉਹ 4 ਵਾਰ ਨੈਸ਼ਨਲ ਖੇਡ ਚੁੱਕਿਆ ਸੀ, ਪਰ ਪੁਲਿਸ ਉਸ ਨੂੰ ਲਗਾਤਾਰ ਤੰਗ ਕਰਦੀ ਰਹੀ। ਪੁਲਿਸ ਉਸ ਨੂੰ ਵਾਰ ਵਾਰ ਥਾਣੇ ਚੱਕ ਕੇ ਲੈ ਜਾਂਦੀ ਤੇ ਹਵਾਰੇ ਨੂੰ ਕੁੱਟਿਆ ਮਾਰਿਆ ਜਾਂਦਾ, ਤੇ ਇਸ ਤਰ੍ਹਾਂ ਉਹ ਹੌਲੀ ਹੌਲੀ ਸਿਸਟਮ ਦੇ ਖਿਲਾਫ ਹੁੰਦਾ ਗਿਆ ਤੇ ਸਰਕਾਰ ਤੋਂ ਤੰਗ ਆ ਕੇ ਉਸ ਨੂੰ ਹਥਿਆਰ ਚੱਕਣੇ ਪਏ ਤੇ ਉਹ ਸੰਨ 1991 ਵਿੱਚ ਅੰਡਰਗਰਾਊਂਡ ਹੋ ਗਿਆ। ਇਸ ਦੇ ਬਾਅਦ ਉਸਨੇ ਸਾਰੇ ਪੁਲਿਸ ਅਫਸਰਾਂ ਨੂੰ ਸਜ਼ਾਏ ਮੌਤ ਦਿੱਤੀ, ਜੋ ਕਿ ਆਪਣੇ ਜ਼ੁਲਮ ਤੋਂ ਮਸ਼ਹੂਰ ਸੀ। ਦੋਸਤੋ ਦੱਸ ਦਈਏ, ਜਗਤਾਰ ਸਿੰਘ ਹਵਾਰਾ ਇੱਕ ਨਰਮ ਦਿਲ ਇਨਸਾਨ ਸੀ। ਉਹ ਤਾਂ ਸਿਸਟਮ ਨੇ ਇਸ ਨੂੰ ਹਥਿਆਰ ਚੁੱਕਣ ਤੇ ਮਜਬੂਰ ਕਰ ਦਿੱਤਾ ਸੀ, ਤੇ ਜਗਤਾਰ ਸਿੰਘ ਹਵਾਰਾ ਕੁੜੀਆਂ ਦੀ ਰਿਸਪੈਕਟ ਬਹੁਤ ਕਰਿਆ ਕਰਦਾ ਸੀ। ਜੋ ਸਹੁਰਾ ਪਰਿਵਾਰ ਕੁੜੀਆਂ ਨੂੰ ਦਹੇਜ ਲਈ ਤੰਗ ਕਰਦੇ ਰਹਿੰਦੇ ਸੀ, ਹਵਾਰੇ ਨੇ ਉਹਨਾਂ ਦੀ ਮਦਦ ਭਰਾਵਾਂ ਵਾਂਗ ਕੀਤੀ। ਤੇ ਦੋਸਤੋ ਅੱਜ ਦੇ ਟਾਈਮ ਤੇ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਆ। ਤੇ ਦੋਸਤੋ ਇਹ ਸੀ ਜਗਤਾਰ ਸਿੰਘ ਹਵਾਰੇ ਦੀ ਛੋਟੀ ਜਿਹੀ ਸਟੋਰੀ, ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਸਿੱਧੂ ਮੂਸੇਵਾਲੇ ਦੀ ਵੀਡੀਓ, ਜਿਸ ਵਿੱਚ ਸਿੱਧੂ ਮੂਸੇਵਾਲਾ ਜਗਤਾਰ ਸਿੰਘ ਹਵਾਰੇ ਤੇ ਗਾਣਾ ਗਾਉਂਦਾ ਨਜ਼ਰ ਆ ਰਿਹਾ ਹੈ। ਜੋ ਸਾਡੀ ਨਜ਼ਰ 'ਚ ਆਉਂਦੇ ਨੇ ਹੋ ਤੈਨੂੰ ਕਾਤਲ ਲੱਗਣੇ ਹਵਾਰੇ ਨੀ, ਹੋ ਬਸ ਐਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰੇ ਨੀ, ਹੋ ਬਸ ਐਸੇ ਕਰਕੇ ਤੇਰੇ ਨਾਲ। ਤੇ ਦੋਸਤੋ ਹੁਣ ਦੇਖਦੇ ਹਾਂ ਜੀ ਬੱਬੂ ਮਾਨ ਸਾਹਿਬ ਜੀ ਦਾ ਜਗਤਾਰ ਸਿੰਘ ਹਵਾਰੇ ਬਾਰੇ ਕੀ ਕਹਿਣਾ ਹੈ। ਇੱਕ ਲਾਈਵ ਸ਼ੋਅ ਦੌਰਾਨ ਬੱਬੂ ਮਾਨ ਖਾੜਕੂਆਂ ਬਾਰੇ ਬੋਲੇ ਸੀ, ਤੇ ਆਓ ਦੋਸਤੋ ਦੇਖਦੇ ਹਾਂ ਜੀ ਬੱਬੂ ਮਾਨ ਸਾਹਿਬ ਜੀ ਦਾ ਕੀ ਕਹਿਣਾ ਹੈ ਜਗਤਾਰ ਸਿੰਘ ਹਵਾਰੇ ਬਾਰੇ। ਸਜ਼ਾ ਭੁਗਤ ਕੇ ਜੋ ਜੇਲ੍ਹਾਂ ਵਿੱਚ ਰੁਲਦੇ ਨੇ, ਸਜ਼ਾ ਭੁਗਤ ਕੇ ਜੋ ਜੇਲ੍ਹਾਂ ਵਿੱਚ ਰੁਲਦੇ ਨੇ, ਐ ਜੁਡੀਸ਼ਰੀ ਕਿਰਪਾ ਕਰਕੇ ਰਿਹਾ ਕਰੋ ਸਦੀਆਂ ਤੋਂ ਜਿਹੜੇ ਇਸ ਮੁਲਕ ਲਈ ਮਰਦੇ ਨੇ, ਉਹਨਾਂ ਨੂੰ ਅੱਤਵਾਦੀ ਨਾ ਕਿਹਾ ਕਰੋ। ਵੈਸੇ ਦੋਸਤੋ ਸਾਨੂੰ ਫੈਨ ਤਾਂ ਜਗਤਾਰ ਸਿੰਘ ਹਵਾਰੇ ਦੇ ਹੋਣਾ ਚਾਹੀਦਾ ਹੈ, ਤੁਹਾਨੂੰ ਕੀ ਲੱਗਦਾ ਇਸ ਦੇ ਬਾਰੇ? ਸਾਨੂੰ ਕਮੈਂਟ ਕਰਕੇ ਦੱਸਣਾ। ਇੱਦਾਂ ਦੀਆਂ ਹੋਰਾਂ ਵੀਡੀਓਸ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗੇ ਬੈਲ ਦਾ ਆਇਕਨ ਦੱਬ ਲਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਆਪਣੇ ਫਰੈਂਡ ਸਰਕਲ ਵਿੱਚ।